माइक कट लगातार हमारा जो डोमिनेशन है उसमें एक चेकिंग की एक्सरसाइज भी हम साथ साथ में करते हुए मानयोग डीजीपी पंजाब जी दे दिशा निर्देशा हेठ इकट्ठा होए है वक्खो वक्खरे जिलिया दे विच अज पंजाब दे विच फ्लैग मार्च कढ़े जा रहे तुसी इत्थे देख रहे हो कि पंजाब पुलिस दे नाल नाल हरियाणा पुलिस राजस्थान पुलिस दे भी जवान आए हुए है ते अज वक्खो वक्खरे पोलिंग बूथ्स दे उपर सीएपीएफ दे जवान ते गुजरात पुलिस महाराष्ट्र पुलिस दे जवान भी मौजूद हैगे है ते इत्थे असी साडा मंतव्य हैगा कि असी पंजाब दे विच बिल्कुल शांतिपूर्वक चोणा बिल्कुल स्मूथ चोणा इत्थे असी जड़ा हैगा असी करवाना चाहुंदे है ते उस उद्देश नाल उस मंतव नाल
ਅਸੀਂ ਅੱਜ ਇਹ ਫਲੈਗ ਮਾਰਚ ਕੱਢ ਰਹੇ ਸੋ ਦੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਦੀ ਭਾਵਨਾ ਇੱਕ ਸੁਰੱਖਿਅਤਤਾ ਦੀ ਭਾਵਨਾ ਪੈਦਾ ਹੋਏ ਅਤੇ ਜਿਹੜੇ ਮਾੜੇ ਅੰਸਰ ਅਪਰਾਧਿਕ ਤੱਤਵ ਹੈਗੇ ਗੈਰ ਸਮਾਜਿਕ ਤੱਤਵ ਹੈਗੇ ਉਹ ਜਿਹੜੇ ਹੈਗੇ ਉਹਨਾਂ ਨੂੰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦੀ ਹੈ ਕਿ ਉਹ ਆਪਣੇ ਗਲਤ ਕੰਮਾਂ 'ਤੇ ਪੂਰਨ ਰੂਪ 'ਤੇ ਪਾਬੰਦੀ ਲਗਾ ਦੇ ਰੋਪੜ ਵਾਸੀਆਂ ਸਾਰਿਆਂ ਨੂੰ ਬਿਲਕੁਲ ਆਸ਼ਵਾਸਿਤ ਕਰਨਾ ਚਾਹੁੰਦੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਹੋਵੇ ਇਸੇ ਕਰਕੇ ਅਸੀਂ ਜਿਹੜੇ ਹੈਗੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹੈ 3-tier ਸਿਕਿਉਰਿਟੀ ਹੈਗੀ ਹੈ ਪੈਰਾ CAPF ਜਿਹਨੂੰ ਆਪਾਂ ਪਹਿਲਾਂ ਪੈਰਾਮਿਲਟਰੀ ਫੋਰਸਿਸ ਕਹਿੰਦੇ ਹੁੰਦੇ ਸੀਗੇ ਉਹ ਡਿਪਲੋਇਡ ਹੈਗੀ ਹੈ ਸਟੇਟ ਆਰਮ ਪੁਲਿਸ ਵੀ ਡਿਪਲੋਇਡ ਹੈਗੀ ਹੈ ਇਹਦੇ ਨਾਲ ਨਾਲ ਪੰਜਾਬ ਪੁਲਿਸ ਅਤੇ ਹੋਮਗਾਰਡ ਦੇ ਜਵਾਨ ਡਿਪਲੋਇਡ ਹੈਗੇ ਵੱਖੋ ਵੱਖਰੇ ਥਾਵਾਂ 'ਤੇ ਏਰੀਆ ਸਿਕਿਉਰਿਟੀ ਏਰੀਆ ਡੋਮੀਨੇਸ਼ਨ ਮੇਜਰਸ ਚੱਲ ਰਹੇ ਹੈ 24/7 ਪੈਟਰੋਲਿੰਗ ਪਾਰਟੀਜ਼ ਰੋਪੜ ਸ਼ਹਿਰ ਟੋਟਲ ਰੋਪੜ ਜ਼ਿਲ੍ਹੇ ਦੇ ਵਿੱਚ 59 ਪੈਟਰੋਲਿੰਗ ਪਾਰਟੀਜ਼ ਚੱਲ ਰਹੀ ਹੈ ਸੈਕਟਰ ਆਫਿਸਰਸ ਲੱਗੇ ਹੋਏ ਹੈ ਇਸ ਤੋਂ ਇਲਾਵਾ ਸਰਵੇਲੈਂਸ ਟੀਮਸ ਜਿਹੜੀ ਸਟੈਟਿਕ ਸਰਵੇਲੈਂਸ ਟੀਮ ਔਰ ਫਲਾਇੰਗ ਸਕੁਆਡ ਟੀਮਸ ਜਿਹੜੀ ਹੈਗੀ ਹੈ ਉਹ ਵੀ ਹਰ ਤਰ੍ਹਾਂ ਦੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੋਈ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਤੋਂ ਇਹ ਕੋਡ ਲੱਗਿਆ ਹੋਇਆ ਕੋਡ ਆਫ ਕੰਡਕਟ ਭਾਰੀ ਮਾਤਰਾ ਦੇ ਵਿੱਚ ਅਸੀਂ NDPS ਦੀ ਰਿਕਵਰੀ ਐਕਸਾਈਜ਼ ਐਕਟ ਦੀ ਰਿਕਵਰੀ ਅਤੇ ਆਰਮਸ ਐਕਟ ਦੀ ਰਿਕਵਰੀ ਕੀਤੀ ਹੋਈ ਹੈ ਅਤੇ ਮਾੜੇ ਅੰਸਰਾਂ ਨੂੰ ਨੱਥ ਅਸੀਂ ਪਾਈ ਹੋਈ ਹੈ ਇਸ ਕਰਕੇ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਰੋਪੜ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਬਾਹਰ ਆਉਣ ਅਤੇ ਬੇਖੌਫ ਮਾਹੌਲ ਦੇ ਵਿੱਚ ਆਪਣਾ ਵੋਟ ਪਾਉਣ ਹਿਮਾਚਲ ਦੀ ਅਸੀਂ ਹਿਮਾਚਲ ਪੁਲਿਸ ਨਾਲ ਰੇਂਜ ਲੈਵਲ 'ਤੇ SSP ਲੈਵਲ 'ਤੇ DSP ਅਤੇ SHO ਲੈਵਲ 'ਤੇ ਸਾਡੀ ਆਲਰੇਡੀ ਮੀਟਿੰਗਸ ਹੋ ਚੁੱਕੀ ਹੈ ਸਾਡਾ ਵਟਸਐਪ ਗਰੁੱਪ ਵੀ ਬਣਿਆ ਹੋਇਆ ਹੈ 18.5 ਇੰਟਰ ਸਟੇਟ ਨਾ ਕਿ ਰੋਪੜ ਜ਼ਿਲ੍ਹੇ ਦੇ ਹਿਮਾਚਲ ਦੇ ਜਿਹੜੇ ਨਾਲ ਦੇ ਜ਼ਿਲ੍ਹੇ ਹੈਗੇ ਉਹਨਾਂ ਨਾਲ ਲੱਗੇ ਹੋਏ ਹੈ ਉਹਨਾਂ ਦੇ ਮਿਰਰ ਨਾ ਕਿ ਵੀ ਲੱਗੇ ਹੋਏ ਹੈ ਅਤੇ ਉਹ ਕੰਟੀਨਿਊ ਚੱਲਣਗੇ ਪੋਲਿੰਗ ਡੇ ਤੱਕ ਚੱਲਣਗੇ ਉਹਨਾਂ ਨਾਲ ਅਸੀਂ ਕੰਟੀਨਿਊਸ ਇਨ ਟੱਚ ਹੈਗੇ ਬਿਲਕੁਲ ਥਾਣੇ ਲੈਵਲ 'ਤੇ ਇਨ ਟੱਚ ਹੈਗੇ ਔਰ ਕਿਸੇ ਵੀ ਤਰੀਕੇ ਦਾ ਕੋਈ ਵੀ ਕੌਂਟਰਬੈਂਡ ਫਰੀਬੀਜ਼ ਇਲੀਗਲ ਥਿੰਗਸ ਦੀ ਮੂਵਮੈਂਟ ਇਸ ਬਾਰਡਰ ਤੋਂ ਨਹੀਂ ਹੋਣ ਦਿੱਤੀ ਜਾਊਗੀ